ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਇੱਥੇ ਜੀ ਆਇਆਂ ਨੂੰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਸੱਚੇ ਪਾਤਸ਼ਾਹ ਦਾ, ਪਰਮਾਤਮਾ ਦਾ ਕੋਟਨ ਕੋਟ ਧੰਨਵਾਦ ਕਿ ਮੇਰੇ ਵਰਗੇ ਨਮਾਣੇ ਨਾਚੀਜ਼ ਇਨਸਾਨ ਨੂੰ ਪਰਮਾਤਮਾ ਨੇ ਜਿੱਥੇ ਕਿਰਪਾ ਬਖਸ਼ਿਸ਼ ਕੀਤੀ ਆ, ਉੱਥੇ ਮੈਂ ਕਹਿ ਸਕਦਾ ਕਿ ਲੱਖਾਂ ਲੋਕਾਂ ਨੇ, ਮੇਰੇ ਬਜ਼ੁਰਗਾਂ ਨੇ, ਮੇਰੀਆਂ ਮਾਵਾਂ ਨੇ, ਭੈਣਾਂ ਨੇ, ਨੌਜਵਾਨਾਂ ਨੇ ਜੋ ਅਰਦਾਸਾਂ ਬੇਨਤੀਆਂ ਕੀਤੀਆਂ ਮੇਰੇ ਵਾਸਤੇ, ਅੱਜ ਮੈਂ ਸਮਝਦਾ ਕਿ ਜੇ ਮੈਂ ਅੱਜ ਤੁਹਾਡੇ ਅੱਗੇ ਬੈਠਿਆ ਤਾਂ ਉਹਨਾਂ ਅਰਦਾਸਾਂ ਦੇ ਸਦਕੇ। ਔਰ ਬਿਲਕੁਲ ਇਹ ਗੱਲ 'ਚ ਮੈਂ ਸਮਝਦਾ, ਮੈਂ ਕਤਾਈ ਕਰ ਰਿਹਾ ਹੋਊਂਗਾ ਕਿ ਜੇ ਮੈਂ ਜਿਨ੍ਹਾਂ ਵਕੀਲ ਸਾਹਿਬਾਨਾਂ ਨੇ ਹੱਕ ਸੱਚ ਦੀ ਗੱਲ ਕਰਦਿਆਂ ਸੱਚਾਈ ਸਾਹਮਣੇ ਕੋਰਟਾਂ ਅੱਗੇ ਰੱਖੀਆਂ, ਓਨਰੇਬਲ ਕੋਰਟਸ ਦਾ ਜਿੱਥੇ ਹਮੇਸ਼ਾ ਹੀ ਮੈਂ ਸਮਝਦਾ ਮੈਨੂੰ ਇਨਸਾਫ ਮਿਲਦਾ ਆਇਆ, ਔਰ ਅੱਜ ਵੀ ਭਾਵੇਂ ਸਰਕਾਰ ਦੀਆਂ ਲੱਖ ਕੋਸ਼ਿਸ਼ਾਂ, ਹਰ ਤਰੀਕੇ ਦੀ ਸ਼ਰਾਰਤ, ਕਾਨੂੰਨ ਨੂੰ ਹਰ ਤਰੀਕੇ ਨਾਲ ਛਿੱਕੇ 'ਤੇ ਟੰਗ ਕੇ ਲੋਕਾਂ ਨੂੰ ਕਿਵੇਂ ਪਹਿਲਾਂ ਡਰਾਇਆ ਗਿਆ, ਧਮਕਾਇਆ ਗਿਆ ਜੋ ਕਰ ਸਕਦੇ ਸੀ। ਔਰ ਤਾਂ ਆਪਾਂ ਵੇਖਿਆ ਹੀ ਹੈ, ਸ਼ਾਇਦ ਪਹਿਲੀ ਵਾਰੀ ਹੋਇਆ ਕਿ 3 ਮਹੀਨਿਆਂ 'ਚ 4 DGPs, ਇਟਸ ਅਨਹਰਡ ਆਫ। ਮਤਲਬ ਅੱਜ ਤੱਕ ਪੰਜਾਬ ਦੀ ਪੋਲੀਟਿਕਸ 'ਚ ਕੀ ਕਿਸੇ ਸੂਬੇ ਦੀ ਪੋਲੀਟਿਕਸ 'ਚ ਇਹ ਨਹੀਂ ਸੁਣਿਆ ਹੋਣਾ। BOI ਦੇ, ਬਿਊਰੋ ਆਫ ਇਨਵੈਸਟੀਗੇਸ਼ਨ ਦੇ 4 ਚੀਫਸ, ਮਤਲਬ ਐਵਰੀਥਿੰਗ ਅੰਡਰ ਦਾ ਸਨ ਵਾਟ ਦਾ ਗਵਰਨਮੈਂਟ ਕੁਡ ਡੂ ਦੇ ਡਿਡ। ਮਗਰ ਮੈਂ ਆਈ ਵਿਲ ਬੀ ਫੇਲਿੰਗ ਇਨ ਮਾਈ ਡਿਊਟੀਜ਼ ਕਿ ਜੇ ਮੈਂ ਉਹਨਾਂ ਅਫਸਰ ਸਾਹਿਬਾਨਾਂ ਦਾ ਜਿਹੜੇ DGP ਤੋਂ ਲੈ ਕੇ ਥੱਲੇ ਕਾਂਸਟੇਬਲ ਤੱਕ ਹੂ ਹੈਵ ਸਟੂਡ ਬਾਏ ਦਾ ਟਰੂਥ, ਆਪਾਂ ਨੂੰ ਪਤਾ ਹੀ ਹੈ। ਮੈਂ ਕਿਸੇ DGP ਸਾਹਿਬ ਦਾ ਨਾਂ ਲਊਂਗਾ ਤੇ ਐਵੇਂ ਉਹਨਾਂ ਲਈ ਐਮਬੈਰਸਿੰਗ ਹੋਊਗੀ, ਮਗਰ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਹੈ ਕਿ ਉਹਨਾਂ ਨੇ ਆਪਣੀ DGPship ਛੱਡਤੀ ਕਿ ਮੈਂ ਗਲਤ ਕੰਮ ਨਹੀਂ ਕਰਨਾ। ਅਫਸਰ ਸਾਹਿਬਾਨਾਂ ਨੇ, SSP ਦੇ ਲੈਵਲ ਦੇ ਅਫਸਰਾਂ ਨੇ, ਸੀਨੀਅਰ ਸੁਪਰਟੈਂਡੈਂਟ ਆਫ ਪੁਲਿਸ ਜਿਹਨੂੰ ਸਰਕਾਰ ਨਹੀਂ ਲਾਇਆ ਹੋਵੇ ਉਹ ਪਾਸੇ ਹਟ ਗਏ, ਮਗਰ ਦੇ ਸਟੂਡ ਬਾਏ ਦਾ ਟਰੂਥ। ਸੋ ਉਹਨਾਂ ਸਾਰਿਆਂ ਦਾ, ਚਾਹੇ ਉਹ ਕੋਰਟਸ 'ਚ ਜਿਨ੍ਹਾਂ ਨੇ ਲੜਾਈ ਲੜੀ, ਚਾਹੇ ਆਫਿਸਰ ਸਾਹਿਬਾਨ ਜਿਨ੍ਹਾਂ ਨੇ ਸੱਚ ਨਾਲ ਖਲੋ ਕੇ ਸੱਚਾਈ ਦਾ ਸਾਥ ਦਿੱਤਾ, ਔਰ ਸੁਭਾਵਿਕ ਹੈ ਜਿਨ੍ਹਾਂ ਨੇ ਮੇਰੇ ਲਈ ਅਰਦਾਸਾਂ ਬੇਨਤੀਆਂ ਕੀਤੀਆਂ, ਮੇਰੇ ਹਲਕੇ ਦੇ ਮੇਰੇ ਸਾਰੀ ਮਾਵਾਂ ਭੈਣਾਂ ਨੌਜਵਾਨ ਵੀਰ ਬਜ਼ੁਰਗ ਮਜੀਠਾ ਹਲਕਾ ਮਾਝੇ ਦੇ ਲੋਕ, ਪੰਜਾਬ ਦੇ ਲੋਕ, ਮੇਰੀ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੀ ਲੀਡਰਸ਼ਿਪ, ਯੂਥ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ, ਹੂ ਸਟੁੱਡ ਲਾਈਕ ਅ ਰੌਕ ਬਿਹਾਈਂਡ ਮੀ। ਅੱਜ ਮੈਂ ਸਾਰਿਆਂ ਦਾ, ਤੁਹਾਡਾ ਸਾਰਿਆਂ ਦਾ, ਔਰ ਸਪੈਸ਼ਲੀ ਮੀਡੀਆ ਦੇ ਲੋਕਾਂ ਦਾ ਜਿਨ੍ਹਾਂ ਨੇ ਸੱਚਾਈ ਦੀ ਗੱਲ ਨੂੰ ਵੀ ਸਾਹਮਣੇ ਰੱਖਿਆ। ਠੀਕ ਹੈ, ਮੈਂ ਸਮਝਦਾ ਹੁੰਦਾ ਕਿ ਸਰਕਾਰਾਂ ਦਾ ਅੱਜ ਦੇ ਜ਼ਮਾਨੇ 'ਚ ਤਾਂ ਦਬਾਅ ਹੋਰ ਵੱਧ ਗਿਆ, ਐਮਰਜੈਂਸੀ 'ਚ ਵੀ ਰਿਹਾ ਸੀ, ਮਗਰ ਦ ਟਰੂਥ ਵਾਜ ਕੈਪਟ ਇਨ ਫਰੰਟ ਆਫ ਐਵਰੀਬਡੀ। ਸੋ ਆਈ ਹੈਵ ਜਸਟ ਕਮ ਹੇਅਰ ਟੂਡੇ ਵਿਦ ਫੋਲਡਡ ਹੈਂਡਸ, ਹੱਥ ਜੋੜ ਕੇ ਮੈਂ ਤੁਹਾਡੇ ਸਭ ਦਾ ਧੰਨਵਾਦ ਵੀ ਕਰਦਾ, ਓਨਰੇਬਲ ਕੋਰਟਸ ਦਾ, ਜੁਡੀਸ਼ੀਅਲ ਪ੍ਰੋਸੈਸ ਦਾ, ਔਰ ਮੈਂ ਹਮੇਸ਼ਾ ਹੀ ਆਈ ਹੈਵ ਸਬਮਿਟਿਡ ਮਾਈ ਸੈਲਫ ਟੂ ਦਾ ਮੈਜਿਸਟੀ ਆਫ ਦਾ ਕੋਰਟਸ, ਲਾਅ ਨੂੰ ਹਮੇਸ਼ਾ ਸਬਮਿਟ ਰਿਹਾ, ਔਰ ਲਾਈਕ ਐਵਰੀ ਲਾਅ ਅਬਾਈਡਿੰਗ ਸਿਟੀਜ਼ਨ ਆਈ ਹੈਵ ਫੋਲੋਡ ਦਾ ਡਿਊ ਪ੍ਰੋਸੈਸ ਆਲਵੇਜ਼ ਐਂਡ ਵਿਲ ਆਲਵੇਜ਼ ਬੀ ਫੋਲੋਇੰਗ ਦਾ ਡਿਊ ਪ੍ਰੋਸੈਸ। ਔਰ ਮੈਂ ਸਮਝਦਾ ਕਿ ਜੋ ਮੇਰਾ ਸਟੈਂਡ 2013 'ਚ ਸੀ, 9 ਸਾਲ ਬੀਤ ਗਏ ਆ, 9 ਸਾਲਾਂ ਬਾਅਦ ਵੀ ਅੱਜ ਵੀ ਮੇਰਾ ਸਟੈਂਡ ਉਹੀ ਹੈ, ਔਰ ਸੱਚਾਈ ਦੀ ਜਿੱਤ ਹਮੇਸ਼ਾ ਹੀ ਹੁੰਦੀ ਆਈ ਹੈ। ਠੀਕ ਹੈ, ਸਰਕਾਰਾਂ ਦੇ ਖਿਲਾਫ ਲੜਨਾ ਕੋਈ ਸੌਖਾ ਕੰਮ ਨਹੀਂ ਹੁੰਦਾ, ਜਦੋਂ ਮੈਲੀਫਾਈਡ ਇੰਟੈਂਸ਼ਨਸ ਹੋਣ, ਜਦੋਂ ਹਰ ਤਰੀਕੇ ਦਾ ਦਬਾਅ ਹੋਵੇ, ਜਦੋਂ ਮੁੱਖ ਮੰਤਰੀ ਆਪ
ਤੁਸੀਂ ਹੈਰਾਨ ਹੋਗੇ ਸ਼ਾਇਦ ਤੁਹਾਨੂੰ ਬੈਕਗ੍ਰਾਉਂਡ ਦਾ ਪਤਾ ਨਹੀਂ ਕਿ ਮੇਰੀ ਇਨਵੈਸਟੀਗੇਸ਼ਨ ਕਿਸੇ ਅਫਸਰ ਨੇ ਤਾਂ ਚਲੋ ਕਈਆਂ ਨੇ ਰਿਕਿਊਜ਼ ਕਰਤਾ ਛੱਡਤਾ ਕਿ ਇਹ ਗਲਤ ਕੰਮ ਹੈ। ਹਰ ਮੀਟਿੰਗ 'ਚ ਚੀਫ ਮਿਨਿਸਟਰ ਸਾਹਿਬ ਆਪ ਚੰਨੀ ਸਾਹਿਬ ਇਹ ਆਪਣਾ ਸੁੱਖੀ ਰੰਧਾਵਾ ਇੱਕ ਉਹ ਨਿੱਕੂ MLA ਲਿਟਲ ਬੋਣਾ ਸਾਡਾ ਉਹ ਬਾਕੀ ਜਿਹੜੇ ਸੀ ਇਹਨਾਂ ਨੇ ਹਰ ਤਰੀਕੇ ਦੀ ਸ਼ਡਿਅੰਤਰ ਰਚਿਆ ਔਰ ਪੂਰਾ ਚਲੋ ਠੋਕੋਤਾਲੀ ਦੇ ਤਾਂ ਕੱਲ੍ਹ ਦੇ ਫਿਊਜ ਉੱਡੇ ਪਏ ਆ ਮੈਂ ਵੇਖ ਰਿਹਾ ਸੀ ਉਹਨੂੰ ਜਾ ਕੇ ਮਾੜਾ ਮੋਟਾ ਤਾਂ ਕੋਈ ਮਨਾਉਣ ਦਾ ਬਰਾੜ ਸਾਹਿਬ ਕੰਮ ਕਰੇ ਉਹ ਥੋੜ੍ਹੀ ਸਪੈਸ਼ਲ ਡਿਊਟੀ ਲਾਉਂਦੀ ਆ ਪ੍ਰੈਸ ਉਹਦੇ ਤਾਂ ਉਹ ਫੁੱਲਾਂ 'ਚੋਂ ਵੀ ਮੈਨੂੰ ਲੱਗਦਾ ਖੁਸ਼ਬੂ ਨਹੀਂ ਆ ਰਹੀ ਸੀ ਅੱਜ ਕੱਲ੍ਹ ਫੁੱਲਾਂ ਵਾਲੇ ਚੌਲ ਬਹੁਤ ਪਾਉਂਦਾ ਉਹਨੂੰ ਉਹ 'ਚੋਂ ਖੁਸ਼ਬੂ ਨਹੀਂ ਆ ਰਹੀ ਸੀ ਚਲੋ ਰੱਬ ਉਹਨੂੰ ਵੀ ਸਮੱਤ ਬਖਸ਼ੇ ਮੈਂ ਕੀ ਕਹਿਣਾ ਜੀ ਉਹਦਾ ਇਸ ਲਈ ਇਹ ਸਾਰਿਆਂ ਦੀ ਮਜੀਨਾ ਤੁਹਾਡੇ ਸਾਰਿਆਂ ਦੀ ਮਿਹਰਬਾਨੀ ਹੋਈ ਆ ਜੀ ਮੈਂ ਤੁਹਾਡਾ ਸਭ ਦਾ ਸ਼ੁਕਰ ਗੁਜ਼ਾਰ ਹਾਂ ਹੱਕ ਸੱਚ ਦੀ ਲੜਾਈ ਹਮੇਸ਼ਾ ਲੜਦੇ ਆਏ ਹਾਂ ਲੜਦੇ ਰਹਾਂਗੇ ਐਂਡ ਆਈ ਆਲਵੇਜ਼ ਬਿਲੀਵ ਜਿਵੇਂ ਕੱਲ੍ਹ ਵੀ ਭਾਵੇਂ ਉਹ ਹਰ ਤਰੀਕੇ ਦਾ ਤੁਸੀਂ ਔਰ ਇੱਥੇ ਤੁਸੀਂ ਆਪ ਹੀ ਜਾਣ ਰਹੇ ਹੋ ਦੈਟ ਲੁੱਕ ਐਟ ਦਾ ਲੈਵਲ ਆਫ PIL ਜਿਵੇਂ PIL ਜਦ ਚੱਲ ਰਹੀ ਸੀ ਬਹੁਤ ਵੱਡੇ ਵੱਡੇ ਆਲਾ ਵਕੀਲ ਦਿੱਲੀਓਂ ਸਰਕਾਰ ਜਹਾਜ਼ 'ਤੇ ਲੈ ਕੇ ਆਉਂਦੀ ਸੀ ਔਰ ਉਹ ਜਦੋਂ PIL 'ਚ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਅਤੇ ਉਹਨਾਂ ਨੇ ਕਿਹਾ PIL ਜਾਵੇ ਪਹਾੜ 'ਚ ਹੁਣ ਸਿੱਧੀ ਹੋ ਲਓ ਆਪਾਂ ਇਹ ਵੇਖਿਆ ਹੀ ਹੈ ਬਿਕੋਜ਼ PIL ਦਾ ਇੰਨੇ ਚਿਰ ਦਾ ਰੌਲਾ ਪਾਉਂਦੇ ਪਾਉਂਦੇ PIL ਦੇ ਤੇ ਤਾਂ ਪਾਸ ਹੀ ਨਹੀਂ ਗਏ ਫਿਰ ਹੱਥ ਆਪਦੇ ਹੱਥ 'ਚ ਹੀ ਸਾਰਾ ਕਮਾਨ ਲੈ ਲਿਆ ਅਤੇ ਸਾਰਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਮਗਰ ਫਿਰ ਵੀ ਆਨਰੇਬਲ ਜੱਜ ਸਾਹਿਬ ਨੇ ਸਾਰੇ ਗੱਲਾਂ ਨੂੰ ਸੁਣਦਿਆਂ ਹੋਇਆਂ ਤੱਥਾਂ ਨੂੰ ਵਿਚਾਰਦਿਆਂ ਹੋਇਆਂ ਮੈਂ ਫਿਰ ਸਮਝਦਾ ਕਿ ਹੱਕ ਸੱਚ ਦੀ ਜਿੱਤ ਹੋਈ ਹੈ ਔਰ ਗਾਂਹ ਵੀ ਹੁੰਦੀ ਰਹੂਗੀ ਮੇਰਾ ਇਹ ਪੂਰਾ ਵਿਸ਼ਵਾਸ ਐਂਡ 100% ਮਤਲਬ ਮੈਨੂੰ ਹੈਰਾਨਗੀ ਹੋਈ ਵੇਖੋ ਮੇਰਾ ਕਢਾ ਤਾ ਲੁੱਕਆਊਟ ਨੋਟਿਸ ਇਹਨਾਂ ਨੂੰ ਇਹ ਨਹੀਂ ਪਤਾ ਮੇਰੇ ਪਾਸਪੋਰਟ 'ਚ ਤਾਂ ਇੱਕ ਵੀ ਵੈਲਿਡ ਵੀਜ਼ਾ ਨਹੀਂ ਮਤਲਬ ਇਹ ਐਵੇਂ ਡਰਾਮੇ ਅਤੇ ਡਰਾਮਾ ਰਚੀ ਜਾਂਦੇ ਸੀ ਅਤੇ ਮੈਂ ਤਾਂ ਕਿੱਥੇ ਵੀ ਨਹੀਂ ਗਿਆ ਸੀ ਮੇਰੇ ਪਤਾ ਮੈਂ ਕਿੱਥੇ ਸੀ ਤੁਸੀਂ ਭਾਵੇਂ ਇਹਨਾਂ ਦੋਵਾਂ ਨੂੰ ਪੁੱਛ ਲੈਂਦੇ ਰਾਹੂ ਕੇਤੂ ਨੂੰ ਦੋਵਾਂ ਨੂੰ ਪਤਾ ਸੀ ਮੈਂ ਕਿੱਥੇ ਬੈਠਿਆ ਐਵੇਂ ਤੁਹਾਡੇ ਅੱਖਾਂ 'ਚ ਉੱਥੇ ਪਤਾ ਹੀ ਆ ਉਹ ਤੇਰੇ ਮਗਰ ਜਿਹੜਾ ਬੰਦਾ ਬੈਠਿਆ ਉਹਨੂੰ ਪੁੱਛ ਲੈ ਮੇਰੇ ਮੂੰਹੋਂ ਜ਼ਰੂਰੀ ਕਢਾਉਣਾ ਹੈ ਅਤੇ ਫਿਰ ਇਹ ਤਾਂ ਨਿਆਣੇ ਜੰਮਦੇ ਨਿਆਣੇ ਨੂੰ ਵੀ ਪਤਾ ਕਿ ਜਦੋਂ ਪਰਚਾ ਦਰਜ ਹੋ ਜੇ ਤਾਂ ਇਨਵੈਸਟੀਗੇਸ਼ਨ ਹੁੰਦੀ ਕੋਈ ਮਾੜੀ ਗੱਲ ਤਾਂ ਨਹੀਂ ਮਗਰ ਇਨਵੈਸਟੀਗੇਸ਼ਨ ਹੁਣ ਚੰਨੀ ਦੇ ਹਿਸਾਬ ਦੀ ਹੋਊਗੀ ਕਿ ਨਹੀਂ ਹੋਊਗੀ ਇਹ ਸਮਾਂ ਦੱਸੂਗਾ ਮੈਂ ਪ੍ਰੋਪਰ ਮੈਂ ਤੁਹਾਨੂੰ ਜੇ ਤੁਹਾਨੂੰ ਅੱਜ ਦੱਸ ਦਿਆਂ ਤੁਸੀਂ ਚੰਨੀ ਸਾਹਿਬ ਨੂੰ ਇਹ ਪੁੱਛ ਲਿਓ ਕਿ ਤੁਸੀਂ PIL 'ਤੇ ਐਡਾ ਜ਼ੋਰ ਲਾਉਂਦੇ ਸੀ ਤੁਸੀਂ 3 ਤਾਂ ਐਡਵੋਕੇਟ ਜਨਰਲ ਬਦਲ ਲਏ ਦਿੱਲੀਓਂ ਤੁਸੀਂ ਸੁਪਰੀਮ ਕੋਰਟ ਦੇ ਲਾਇਰ ਲਿਆਏ ਫਿਰ PIL ਤੋਂ ਕਿਉਂ ਭੱਜ ਗਏ ਫਿਰ ਤੁਸੀਂ ਆਫਟਰ ਆਲ ਸਾਰਾ ਕੁਝ ਛਿੱਕੇ ਤੇ ਟੰਗ ਕੇ ਹੁਣ ਆਪਦੇ ਹੱਥ 'ਚ ਹੀ ਲੈ ਲਿਓ ਕਿਉਂਕਿ ਜੋ ਆਪਾਂ ਕਰਨਾ ਚਾਹੁੰਦੇ ਉਹ ਕੋਰਟ ਨੇ ਨਹੀਂ ਕਰਕੇ ਦੇਣਾ ਸਾਨੂੰ ਦੈਟਸ ਅ ਫੈਕਟ ਗਗਨਦੀਪ ਜੀ ਮੇਰੇ ਤੋਂ ਵੱਧ ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਬੜਾ ਫੋਲੋ ਕਰਦਾ ਤੁਹਾਨੂੰ ਸਭ ਪਤਾ ਤੁਸੀਂ ਐਵੇਂ ਸਵਾਦ ਨਾਲ ਹੋ ਅੱਜ ਨਹੀਂ ਮੌਕਾ ਇਹ ਕੰਮ ਦਾ ਹੈ ਤੇ ਤੁਹਾਨੂੰ ਕੀ ਲੱਗਦਾ ਕਿ ਹੋਮ ਮਿਨਿਸਟਰ ਤੇ ਇਹਨਾਂ ਨੂੰ ਨਹੀਂ ਪਤਾ ਸਭ ਪਤਾ ਹੁੰਦਾ ਇਹਨਾਂ ਨੂੰ ਤੁਹਾਨੂੰ ਸਭ ਪਤਾ ਜੀ ਅੱਜ ਨਹੀਂ ਮੈਂ ਦੱਸੂਗਾ ਕੱਲ ਪਰਸੋਂ ਤੱਕ ਦਾ ਇਸ ਤਰ੍ਹਾਂ ਜੇ ਮੈਂ ਭੱਜਿਆ ਸੀ ਫਿਰ ਤਾਂ ਸਿੱਧੂ ਵੀ ਭੱਜਿਆ ਸੀ ਜਦੋਂ ਇੱਥੇ ਕੇਸ ਹੋਇਆ ਸੀ ਕਿਉਂਕਿ ਐਂਟੀਸਪੇਟਰੀ ਬੇਲ ਲੈਣੀ ਤੁਹਾਡਾ ਮੇਰਾ ਸਭ ਦਾ ਕਾਨੂੰਨੀ ਅਧਿਕਾਰ ਹੈ ਔਰ ਕਾਨੂੰਨੀ ਅਧਿਕਾਰ ਨੂੰ ਕੋਈ ਡਿਊ ਪ੍ਰੋਸੈਸ ਨੂੰ ਫੋਲੋ ਕਰੇ ਹੁਣ ਉਹਨੂੰ ਤੁਸੀਂ ਜਿਹੜੀ ਮਰਜ਼ੀ ਸ਼ਬਦ ਵਰਤ ਲਓ ਫਿਰ ਤਾਂ ਮੈਡਮ ਸੋਨੀਆ ਗਾਂਧੀ ਜੀ ਵੀ ਭੱਜੇ ਸੀ ਫਿਰ ਤਾਂ ਉਹਨਾਂ ਦਾ ਜਿਹੜਾ ਉਹ ਕੀ ਹੈ ਆਪਣਾ ਰਾਬਰਟ ਵਾਡਰਾ ਉਹ ਵੀ ਭੱਜਿਆ ਸੀ ਫਿਰ ਚਿਦੰਬਰਮ ਸਾਹਿਬ ਵੀ ਫਿਰ ਭੱਜੇ ਸੀ ਇਸ ਲਈ ਇਹ ਤਾਂ ਠੀਕ ਹੈ ਆਪੋਜੀਸ਼ਨ ਦਾ ਕੰਮ ਹੁੰਦਾ ਆਪਦੇ ਮਤਲਬ ਦੀ ਸ਼ਬਦਾਵਲੀ ਵਰਤਣਾ ਮਗਰ ਆਈ ਐਮ
माई स्टैंड इज एबसोल्यूटली द सेम एंड वेरी क्लीयर कि यह केवल तो केवल सैटलिंग ऑफ पोलीटिकल स्कोरस है, ये वेंडेटा पॉलिटिक्स है, ये सारे कानूनों शिक्के ते टंग के आपदा उल्लू सीधा करने की कोशिश है और आपकी कुर्सी बचाने की कोशिश है और लड़ाई तो कुर्सी का है। तुसी वेख ही लिया कांग्रेस का हाल की है और इट इज वन अपमैनशिप जिदे करके परचा होया और कुछ नहीं होया। प्रोसीडिंग में लगे हुए थे तब पीछे से काफी आपके मजीठा इलाके में अमृतसर में कई जो अकाली दल के सपोर्टर्स हैं वो काफी इमोशनल हो गए थे। उन्होंने कहा कि हम मजीठा साहब चाहते हैं कि वो अमृतसर से सिद्धू के खिलाफ चुनाव लड़े ताकि उनको करारा जवाब दिया जा सके। और सुखबीर बादल साहब, सीनियर प्रकाश सिंह बादल साहब, इन सबके सामने उन्होंने बात उठाई। आप इसके लिए एग्री करते हैं, चैलेंज करते हैं सिद्धू को? देखो, मैं गुरु दी साध संगत रब दा रूप है, जो गुरु दी संगत दा हुक्म होगा सिर मत्थे प्रवान है, सिर झुका के प्रवान करूंगा। इसलिए एक कौन की कहिंदा सी ये थोड़े राही खबर आ रही है, मैं आप भी जरा कन्नी सुन ला ते जो हुक्म होगा जिदे मर्जी ना लड़ा दन, मेरा की है जी। जे सच्चे पातशाह दी कृपा मेहर चाहिदी है, जे चूंटी हाथी नाल लड़ सकदी है ते कुछ हो सकदा। मैं देखो यार, एक दिन तक खड़ जो हले सह तो लै लैन दियो, यह समा हुण ते दस दऊं। हाँ जी, अच्छा दूजी गल तुसी कहने हो कि अपना की नाम है जी भगवंत मान साहब, वो कहिंदे जी कि मैं इन्हां नाल रलिया कांग्रेस नाल, ते मेरे नाल सब तो वध तां केजरीवाल रलिया, इन्हें तां दे दित्ता सी इस्तीफा ते हुण थुक चट के थुक चट्टन वाली गल ही होगी, वापस क्यों लै लिया इस्तीफा। जदों केजरीवाल साहब ने मेरा बड़ा प्यार केजरीवाल साहब नाल भी है, और मैं एक होर गल थानू दस दिया, देखो आई वॉन्ट टू ब्रिंग दिस ऑन रिकॉर्ड, मैं क्रॉस पार्टी लाइन कांग्रेस पार्टी भी, बीजेपी भी, आम आदमी पार्टी भी, ते होर जिन्नी बीएसपी, चलो तो साढ़े अलायंस पार्टनर, मगर जेड़े पोलिटिकल पार्टी साढ़े विरुद्ध इलेक्शन लड़ रहे हैं उन्हां दे बहुत सारे लीडर साहिबाना दा जदों ये परचा दर्ज होया फोन आया मेरे परिवार के जिया नूं कि यह बेइंसाफी है, ये धक्का है, और कई बंदे मेरे घर भी होके गए और रूलिंग पार्टी के कई लोग सीनियर मिनिस्टर्स तक। सो मैं जिन्हां लोगों ने सच के पिछे एडा वड्डा हंगारा दिता होवे, मैं उन्हां दा एहसान कदे भुला नहीं सकदा। मैं दिल दीआं गहराइयां चों धन्नवाद करदा, क्योंकि मैं बार बार कह रहा कि जो ये सारी शरारत होई सी, शायद ये शरारत चों तां कोई निकलना ही मुश्किल है, जदों जिन्हां ने इंसाफ देना उह तां आप कॉन्सपिरेटर इक तरीके दे बण गए। इसलिए मेरे कोल योग लफ्ज नहीं आए, मैं मेरे तां जद मैं सोचदा कि मैं हुणे जदों सवेरे नाडा साहब नतमस्तक होया, मैनू घट्टो घट नहीं तो 5-7 साडिया मावां ने आके, जिन्होंने मैं कदे मिलिया ही नहीं, मैं जानता ही नहीं, दे हग्ड मी एंड लिटरली स्टार्टेड क्राइंग। एक बुजुर्ग जब मैं मत्था टेक रहा सी, क्योंकि ही डिडंट रियलाइज कि मैं मत्था टेक रहा, उन्हें पिछे पुछया कि यह कौन है, उन्हें कहा मजीठिया, उठ के उन्हें घुट के मैनू जफ्फी पा ली, मैनू मत्था नहीं टेकन दिता, कहिंदा इन्नी खुशी है सानू। इसलिए इट्स आई एम स्पीचलैस, मेरे को लफ्ज नहीं कि मैं जिन्हें उन्होंने लोगों का धन्यवाद कर सकता जिन्हों की अज अरदासा बेनती करके मैं इतने भी हो। ना तो मैं स्टार कंपेनर हाँ, ना मैं प्लैनर हाँ, अपना तो लल्लू करे कवली रब सिद्धियां पाओ, साढ़े अरगा नमाड़ा ना चीज लल्लू इंसान नहीं लभना, ये तो रब ही मेहर रखता कि साढ़े तो मतलब सब कुछ रब आपे पार लंघा दिंदा, साडा बेड़ा बन्ने पार लाने वाला वो मालिक है, उस मालिक नूं सदा ही
मैं धनवादी हाँ चन्नी साहब का, मैनू जिन्ना समा नितनेम करन दा नहीं मिलता सी ना, इन्ना नज़ारा इन्होंने बनता कि मैं थोनू दस नहीं सकता कि खुला टाइम मिलिया, क्योंकि कोई ना तुसी कोई फोन करता सी, बराड़ साहब तो बिल्कुल ही नहीं ना करते, बराड़ साहब तो दूजा इंटरव्यू करके स्वाद लेंदे सी, मतलब कोई परेशानी नहीं सी। इसलिए हर चीज ची आपदा कोई एक बारी कोई ना कोई रंग निकल के आ जाता है, इसलिए रब नाल जुड़न दा मौका मिल गया और हर चीज उन्हें मालिक ने देनी है। क्योंकि मेरी आप रिक्वेस्ट सी जी, श्रोमणी अकाली दल ने पहले दिन सारी लीडरशिप ने और जदों डिस्ट्रिक्ट वाइज प्रोटेस्ट हुए है सारे ने बहुत मेरे को योग लफ्ज नहीं, सारे MLA साहिबाना ने सारी लीडरशिप ने बहुत वड्डी मेरे नाल ढाल बन के भी खलोते ते हमदर्दी भी दित्ती ते हौसला अफजाई भी की, मगर मेरी उन्हां तो बाद मैं रिक्वेस्ट भेजी कि ऑपोजिशन पार्टीज इशू नू साइड स्टैप करना चाहुंदी अपने मुद्दे पंजाब दे, गुरु की बख्शिश नाल संगत दे प्यार नाल मैं आप दी लड़ाई आप लड़ लूं, ये राहु केतु नू मैं आप निजिठ लूं, ठोको ताली नू बंदे दा पुत मैं आप बना लूं भगवान सिंह दे मुंडे नू, डोंट वरी। यार तुसी खड़ता जाओ कदे फिल्म वेखन चाहिए ना, माड़ा जा ट्रेलर विखाउंदे आ बाकी हले हले तो पार्टी शुरू हुई है। किदा जी मेरा तो पता नहीं जी, मैं मेनू तो की पता जी, मैं अंतरजामी तो है नहीं, मगर मेरा तो भला करता जब मेनू नौ जपन का मौका देता तो मेरा तो भला ही करता, मेरा तो कोटन कोट धनवाद है। भगवंत मान 8 PM तो पहला कहिंदा सी कि 8 PM तो बाद नहीं, दिने की राती नहीं, मेरा भी दिने की राती दिने ते माड़ा जिहा ओह टेस्ट लिया सीगा ओह जिवें पुलिस लैंदी हुंदी आ, ठीक आ। चलो भगवंत मान जी नूं मैं कहूंगा मेरा फिक्र ना करन, ओह आप दा फैसला करा लैण कुर्सी दा, उन्हां नूं लान रहे कि नहीं लान रहे केजरीवाल साहब जी ने। चलो जे केजरीवाल साहब उन्हां दा फैसला नहीं करदे ते मैनूं रिक्वेस्ट कर देण, मेरे बड़े प्यारे संबंध ने, मैं भी आई कैन पुट माय वर्ड फॉर हिम, इहदा तरलो मच्छी ना होण, मजीठिए दा फिक्र घट ते अपना फिक्र वध कर। हां जी हां जी तरलोचन जी हां सॉरी जी सॉरी, इस तों बाद पूछ लिया सॉरी। सो त्रिलोचन जी मैं ना जे किसी अफसर का नाम लवां, मैं समझदा कि किथे ना आए मेरे तो कोई यह जी गलती ना हो जाए कि कल उन्हूं कोई खामियाजा भुगतना पवे, मगर थोनू भी पता है कि केड़े केड़े आपदी पोस्ट छड के भज गए, जिले वाइज भज नहीं गए, दे रिक्यूज दैमसैल्फ और बहस हुंदी सी। कैन यू इमेजिन कि CM बैठा होवे और यह बहस होवे कि परचा देना ही देना, और अफसर कहिंदे सी जी साढ़े तो सही काम करा रहो गलत काम नहीं होना, फिर CM उन्हां नूं थ्रैट करे, CM ते डिप्टी CM जद थ्रैट ना चले फिर उन्हां नूं अल्योर करे कि मैं तुहानूं प्रमोट कर दूं जां तुहाडा भला कर दूं, जद वह काम ना चले तो फिर कहे मैं, मतलब एक काम भी मैनूं एक अफसर ने कहा दैट वी वर ऑफर्ड मनी, करोड़ों रुपया की ऑफर हो गई, वह कहिंदे जी किन्ने चीज़ां नहीं चाहीदियां, सही काम करांगे सही दे दिओ तो सवेरे परचा दे देंगे, मगर गलत का परचा नहीं देवांगा, सानू बदली कर दिओ, और तुहाडे सामने है कई बदलियां हो गईआं। तुसी एक गल वेखो, ये जिहड़े मतलब ये भी एक मैं लगता गिनीज बुक ऑफ वर्ल्ड रिकॉर्ड ही है, आ जिहड़े चट्टोपाध्याय साहब है
ਇਹ 18 ਤਰੀਕ ਨੂੰ 18 ਦੀ ਰਾਤ 19 ਨੂੰ ਲੱਗੇ ਆ ਤੇ ਚਾ ਕਿੰਨੀ ਤਰੀਕ ਨੂੰ ਲੱਥ ਗਏ 8 ਤਰੀਕ ਨੂੰ ਲੱਥ ਗਏ ਮਤਲਬ ਪੂਰੇ 20-22 ਦਿਨ ਵੀ ਨਹੀਂ ਕੱਢੇ ਔਰ 20-22 ਦਿਨਾਂ 'ਚ ਵੇਖੋ ਕੀ ਕੁਛ ਪੰਜਾਬ ਦਾ ਨੁਕਸਾਨ ਕਰ ਗਏ ਕੋਈ ਵੀ ਲਾਅ ਅਬਾਈਡਿੰਗ ਜਿਹਨੇ ਦੇਖੋ ਜੀ ਆਫਟਰ ਆਲ ਡੀ ਜੀ ਪੀ ਇਜ਼ ਅ ਵੈਰੀ ਇੰਪੋਰਟੈਂਟ ਪੋਸਟ ਜੀ ਮਤਲਬ ਉਹਨੇ ਇਨਸਾਫ਼ ਦੇਣਾ ਲੋਕਾਂ ਨੂੰ ਮੇਰੀ ਗੱਲ ਛੱਡ ਦਿਓ ਮੇਰੇ ਨਾਲ ਤਾਂ ਬਾਦਲ ਪਰਿਵਾਰ ਨਾਲ ਤਾਂ ਉਹਨਾਂ ਦੀ ਪੁਰਾਣੀਆਂ ਰੰਜਿਸ਼ਾਂ ਨੇ ਲੁਧਿਆਣੇ ਦਾ ਬੰਬ ਬਲਾਸਟ ਹੋਇਆ ਸੀ ਐਮ ਸਾਹਿਬ ਦਾ ਬਿਆਨ ਵੇਖੋ ਕੀ ਆ ਰਿਹਾ ਕਹਿੰਦਾ ਜੀ ਉੱਥੇ ਉਹਦੀ ਸੁਣਵਾਈ ਚੱਲ ਰਹੀ ਹੈ ਤਾਂ ਇੱਥੇ ਬਲਾਸਟ ਹੋ ਰਿਹਾ ਮਤਲਬ ਕਿ ਜੱਜ ਸਾਹਿਬਾਨਾਂ ਦੀ ਵਕੀਲ ਸਾਹਿਬਾਨਾਂ ਦੀ ਸਿਕਿਉਰਿਟੀ ਇਜ਼ ਬੀਂਗ ਕੰਪਰੋਮਾਈਜ਼ ਮਤਲਬ ਇੱਥੋਂ ਸਟੂਪਿਡ ਸਟੇਟਮੈਂਟ ਇੱਥੋਂ ਮਤਲਬ ਕਮਜ਼ੋਰ ਸਟੇਟਮੈਂਟ ਕੋਈ ਮਤਲਬ ਬੇਸਮਝ ਵਾਲੀ ਸਟੇਟਮੈਂਟ ਹੋ ਨਹੀਂ ਸਕਦੀ ਸੀ ਮਗਰ ਉਹ ਸਟੇਟਮੈਂਟ ਵੀ ਹੋਈਆਂ ਫਿਰ ਜਿਹੜਾ ਡੀ ਜੀ ਪੀ ਪ੍ਰਾਈਮ ਮੈਨੂੰ ਇਨ ਮਾਏ 45 ਈਅਰਸ ਮੈਂ ਤਾਂ ਕਦੇ ਨਹੀਂ ਵੇਖਿਆ ਕਿ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਇਸ ਤਰ੍ਹਾਂ ਕੰਪਰੋਮਾਈਜ਼ ਹੋਈ ਹੈ ਔਰ ਤੁਸੀਂ ਕੀ ਸਮਝਦੇ ਹੋ ਕਿ ਕੰਪਰੋਮਾਈਜ਼ ਐਵੇਂ ਹੋਗੀ ਜੇ ਅੱਜ ਤੱਕ ਕਿੰਨੇ ਡੀ ਜੀ ਪੀਜ਼ ਆਏ ਆ ਗਏ ਆ ਤ੍ਰਿਲੋਚਨ ਦੀ ਤੁਸੀਂ ਮੇਰੇ ਤੋਂ ਬਿਹਤਰ ਕਿਉਂਕਿ ਯੂ ਆਰ ਵਨ ਆਫ ਦਾ ਸੀਨੀਅਰ ਮੋਸਟ ਹੇਅਰ ਕਦੇ ਇਹ ਕੰਮ ਨਹੀਂ ਹੋਇਆ ਜੋ ਨਰਿੰਦਰ ਮੋਦੀ ਜੀ ਨਾਲ ਪ੍ਰਾਈਮ ਮਿਨਿਸਟਰ ਨਾਲ ਬਿਕੋਜ਼ ਇਟਸ ਨੋਟ ਓਨਲੀ ਅਬਾਊਟ ਨਰਿੰਦਰ ਮੋਦੀ ਇਟਸ ਅਬਾਊਟ ਅ ਕੋਨਸਟੀਟਿਊਸ਼ਨਲ ਪੋਸਟ ਦਾ ਮੋਸਟ ਹਾਈਲੀ ਪ੍ਰੋਟੈਕਟਿਡ ਪਰਸਨ ਜੇ ਉਹਨਾਂ ਦੀ ਹਾਮ ਰਸਤੇ 'ਚ ਉਹਨਾਂ ਨੂੰ ਹਾਮ ਕਰਵਾ ਸਕਦੇ ਆ ਮੈਂ ਤਾਂ ਇਹੀ ਕਹੂੰਗਾ ਕਿ ਕਾਂਗਰਸ ਨਾਲ ਮਿਲ ਕੇ ਕਿਉਂਕਿ ਇਹ ਫੈਕਟ ਹੈ ਪ੍ਰਾਈਮ ਮਿਨਿਸਟਰ ਜੇ ਚੀਫ ਮਿਨਿਸਟਰ ਜਾਂਦਾ ਉਹਦਾ ਰਸਤਾ ਤਾਂ ਕੋਈ ਰੋਕਦਾ ਨਹੀਂ ਉਹਦਾ ਤਾਂ ਡਿਵਰਟ ਕਰਕੇ ਲੈ ਜਾਂਦੇ ਆ ਪੀ ਪੀ ਸੀ ਸੀ ਦਾ ਪ੍ਰਧਾਨ ਜਾਂਦਾ ਉਹਦੇ ਲਈ ਵੀ ਡਾਇਵਰਜਨ ਹੋ ਜਾਂਦੀ ਹੈ ਮਗਰ ਪ੍ਰਾਈਮ ਮਿਨਿਸਟਰ ਲਈ ਕੋਈ ਉਸ ਦਿਨ ਡਿਵਰਜਨ ਨਹੀਂ ਲੱਭੀ ਤੁਸੀਂ ਕੀ ਸਮਝਦੇ ਹੋ ਕਿ ਇਹ ਐਵੇਂ ਹੋ ਗਿਆ ਇਟ ਵਾਜ਼ ਵੈਲ ਪਲੈਨਡ ਟੂ ਇੰਬੈਰਸ ਦਾ ਬੀ ਜੇ ਪੀ ਐਂਡ ਦਾ ਇੰਟਾਇਰ ਸਿਸਟਮ ਔਰ ਇਹ ਸਾਰਾ ਸ਼ਡਿਅੰਤਰ ਕੌਣ ਰਚ ਰਿਹਾ ਚਟੋਪਾਧਿਆ ਚੰਨੀ ਸੁੱਖੀ ਰੰਧਾਵਾ ਐਂਡ ਕਾਂਗਰਸ ਪਾਰਟੀ ਠੋਕੋਤਾਲੀ ਤਦੇ ਤਾਂ ਜਾ ਕੇ ਸੁਪਰੀਮ ਕੋਰਟ 'ਚ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ ਆ ਨਹੀਂ ਤਾਂ ਦੇਖੋ ਐਡੀ ਵੱਡੀ ਚੂਕ ਹੋਈ ਹੈ ਕੱਲ੍ਹ ਕੋਈ ਵੀ ਮੁੱਖ ਮੰਤਰੀ ਹੋ ਸਕਦਾ ਕੱਲ੍ਹ ਕੋਈ ਵੀ ਪ੍ਰਧਾਨ ਮੰਤਰੀ ਹੋ ਸਕਦਾ ਤੁਸੀਂ ਲੈਟ ਦਾ ਕੋਰਟ ਡਿਸਾਈਡ ਮਗਰ ਐਡੀ ਜਾ ਕੇ ਤਰਫਦਾਰੀ ਕਰਨੀ ਉੱਥੇ ਇੱਥੋਂ ਹੀ ਸਪਸ਼ਟ ਹੋ ਗਿਆ ਸੀ ਕਿਉਂਕਿ ਜੇ ਇਨਕੁਆਇਰੀ ਹੋ ਗਈ ਤੇ ਸਾਰੇ ਕੰਮ ਦੇ ਪਿੱਛੇ ਕਿਹਦਾ ਕਿਹਦਾ ਹੱਥ ਸੀ ਕਿਵੇਂ ਪਲੈਨਿੰਗ ਹੋਈ ਸੀ ਸਾਰੇ ਨੰਗੇ ਹੋ ਜਾਣੇ ਸੋ ਜਿਹੜਾ ਅਫਸਰ ਪ੍ਰਾਈਮ ਮਿਨਿਸਟਰ ਦੀ ਅਸੈਸੀਨੇਸ਼ਨ ਇੱਕ ਤਰੀਕੇ ਦੀ ਕਰਵਾਉਣ 'ਚ ਵੀ ਕੋਈ ਨਾ ਕੋਈ ਉਹ ਕੁਛ ਕਰ ਸਕਦੇ ਆ ਜੀ ਉਹ ਕੁਛ ਕਰ ਸਕਦੇ ਆ ਮਗਰ ਚਲੋ ਉਹ ਵੀ ਪਰਮਾਤਮਾ ਦੀ ਕਿਰਪਾ ਹੋਈ ਕਿ ਤੁਹਾਡੇ ਸਾਹਮਣੇ ਆ ਕੋਰਟ ਚੰਨੀ ਸਾਹਿਬ ਨੇ ਆਪ ਹੀ ਬਦਲਤੇ ਚੰਨੀ ਸਾਹਿਬ ਨੇ ਆਪਦੇ ਡਰ ਕਰਕੇ ਬਦਲਿਆ ਹੋਰ ਕੁਛ ਨਹੀਂ ਇੱਕ ਦਿਨ ਪਹਿਲਾਂ ਅਖਬਾਰਾਂ ਕਹਿ ਰਹੀਆਂ ਸੀ ਅਸੀਂ ਸਟੈਂਡ ਲਵਾਂਗੇ ਸੁਪਰੀਮ ਕੋਰਟ 'ਚ ਦੂਜੇ ਦਿਨ ਤਾਂ ਵਿਜੀਲੈਂਸ ਦੀ ਕੁਰਸੀ ਵੀ ਜਾਂਦੀ ਰਹੀ ਔਰ ਚੌਥੇ ਦਿਨ ਉਹਨਾਂ ਨੇ ਕਹਿ ਦਿੱਤਾ ਕਿ ਆਹ ਜਿਹੜੇ 47 ਡੀ ਐਸ ਪੀ ਬਦਲੇ ਮੇਰੀ ਘੁੱਗੀ ਨਹੀਂ ਤੁਸੀਂ ਮੈਨੂੰ ਆਈ ਹੈਵ ਨੋਟ ਹਰਡ ਕਿ ਕੋਈ ਡੀ ਐਸ ਪੀ 47 ਡੀ ਐਸ ਪੀ ਬਦਲ ਜਾਣ ਅਤੇ ਇੱਕ ਡੀ ਜੀ ਪੀ ਕਵੇ ਕਿ ਮੈਂ ਤਾਂ ਮੇਰੇ ਸਾਈਨ ਹੀ ਨਹੀਂ ਅੱਜ ਤੱਕ ਕੋਈ ਕਾਰਵਾਈ ਕੋਈ ਇਨਕੁਆਇਰੀ ਸੋ ਇਨ ਦੀ ਸਟੇਟ ਆਫ ਅਫੇਅਰਸ ਮਤਲਬ ਜੋ ਕੁਛ ਵੀ ਹੋ ਸਕਦਾ ਬਾਰਡਰ ਸਟੇਟ 'ਚ ਅਗਰ ਮੈਨੂੰ ਇੱਕ ਮੈਂ ਲਾਸਟ ਗੱਲ ਕਹੂੰਗਾ ਕਿਉਂਕਿ ਅੱਜ ਇਹ ਮੌਕਾ ਨਹੀਂ ਕਿਉਂਕਿ ਆਪਾਂ ਇਸ ਟੌਪਿਕ ਵੱਲ ਆ ਗਏ ਹਾਂ ਜਦੋਂ ਚੀਫ ਮਿਨਿਸਟਰ ਜਾਂ ਪੀ ਪੀ ਸੀ ਸੀ ਦਾ ਪ੍ਰੈਜ਼ੀਡੈਂਟ ਕਿੱਥੇ ਜਾਣਾ ਹੁੰਦਾ ਉਹਨਾਂ ਦਾ ਤਾਂ ਰੋਡ ਕਦੇ 15-20 ਮਿੰਟ ਮੈਂ ਤਾਂ ਕਦੇ ਉਹਨਾਂ ਨੂੰ ਸੜਕ 'ਤੇ ਬੈਠੇ ਵੇਖਿਆ ਨਹੀਂ ਉਹਨਾਂ ਨੂੰ ਤਾਂ ਡਾਇਵਰਟ ਕਰਕੇ ਲੈ ਜਾਂਦੇ ਆ ਮਗਰ ਪ੍ਰਾਈਮ ਮਿਨਿਸਟਰ ਨੂੰ ਡੀ ਜੀ ਪੀ ਕਲੀਅਰੈਂਸ ਦੇ ਰਿਹਾ ਆਪ ਗੈਰ ਹਾਜ਼ਰ ਹੈ ਔਰ ਫਿਰ ਲਿਆ ਕੇ 20 ਮਿੰਟ ਮੈਂ ਨਹੀਂ ਕਦੇ ਸੁਣਿਆ ਕਿ ਡਾਕਟਰ ਮਨਮੋਹਨ ਸਿੰਘ ਜੀ ਜਾਂ ਵਾਜਪਾਈ ਸਾਹਿਬ ਜਾਂ ਆਈ ਕੇ ਗੁਜਰਾਲ ਸਾਹਿਬ ਜਾਂ ਦੇਵੇ ਗੌਡਾ ਜੀ ਜਿੰਨੇ ਵੀ ਪ੍ਰਾਈਮ ਮਿਨਿਸਟਰਸ ਹੋਏ ਆ ਕੋਈ ਪ੍ਰਾਈਮ ਮਿਨਿਸਟਰ ਦੀ ਇਸ ਤਰ੍ਹਾਂ ਖਬਰ ਆਈ ਹੋਵੇ ਕਿ 20 ਮਿੰਟ ਉਹਨਾਂ ਨੂੰ ਤੁਸੀਂ ਪੁੱਲ 'ਤੇ ਇਸ ਤਰ੍ਹਾਂ ਅੜਾ ਕੇ ਰੱਖਿਆ ਇੱਥੋਂ ਇਟ ਵਾਜ਼ ਅ ਵੈਲ ਪਲੈਨਡ ਕੋਨਸਪਰੇਸੀ ਹੈਚਡ ਐਟ ਦਾ ਸੀ ਐਮ ਹਾਊਸ ਬਾਏ ਪੀ ਪੀ ਸੀ ਸੀ ਪ੍ਰੈਜ਼ੀਡੈਂਟ ਸੁੱਖੀ ਰੰਧਾਵਾ ਐਂਡ ਦਿਸ ਡੀ ਜੀ ਪੀ
सो ये कुछ कर सकते, मैं तक बहुत छोटी जी फराई हाँ, मेरे मैं तो जे प्रधानमंत्री तो यह जहा कम कर सकते मेरे से तो जो मर्जी कर दो। असैसिनेशन का आपने शब्द का इस्तेमाल किया, बिल्कुल किया है, बिकॉज देखो वॉट हैज हैपन्ड इन द पास्ट। राजीव गांधी नू जेड़े लोग मिलन गए सी, जेड़े गारलैंड कर रहे सी, उन्हां नहीं मुड़ के राजीव गांधी नू असैसिनेट करता। इंदिरा गांधी का एक पास्ट है, उस अगर कुछ नहीं होया तो आप बहुत इतने चौड़े होके गल कर रहे हैं कि होया कुछ नहीं, तो जी ये तो एवें कहानी बना ली जी, तो जे कुछ हो जाता तो फिर पंजाबी किधर मूँह कर दे। जेड़े चन्नी साहब नॉनसेंसिकल गल्लां कर रहे हैं कि मैं पहला छाती च गोली खावा, तू तो छाती च प्लैनिंग कर रहा सी बैठा, छाती च गोली इन्होंने खानी किसी लिए, ये था सिद्धू लिए ना खान, आपदे प्रधान लिए ना खावे छाती च गोली, यही पूछ लियो, वो तो दूर की गल है प्रधानमंत्री लिए खा लू। कल का सिद्धू नू झटका लग गया तो होर तां पता नहीं, भरा किसे नू लगू कि नहीं लगू, सानू तां कोई लग जापदा तेनू कोई झटका लगता साडे च किसे, इह कहिंदे इहनां ने पुछिया नहीं, तू कह रहा झटका लग गया, मैं तां थड़म नहीं आंदी, आपस च तां सलाह कर लो पहला, तुसीं आपस च भाईचारा ही है इक, सिद्धू नू जरूर लग गया ठोको ताली नू झटका, वो कोई ना तां इलाज कर देंगे, इलाज करावांगे उहदा। कल एडे वड्डे स्टार दी जॉइनिंग सी, वो सारा ही काम किड़कड़ी कराती तुसीं सारयां ने, मतलब उस तरह तां उत्थे तां इस तरह बुल्लां ते सिकरी पई सी ते फ्यूज इस तरह उड्डे सी जिवें पता नहीं जिवें चन्नी नूं लांता हुंदा मुख्यमंत्री, इहनूं कहा क्यों दिल छड्डी जांदा ना चन्नी नूं मुख्यमंत्री। देखो मैं हैरान हो जाना उन्हां दी गल सुण के, उह सुरजे वाला साहब ने कही सी ना, राठ साहब तुसीं पुछिया करो इह जे सवाल, मेरा ही सवाद ले जाना उत्थे जा किन्नी वारी इक्को गल दा सवाद किन्नी वारी आ सकदा, तू ये गल पुछ कि सुरजे वाले ने कहता साढ़े तीन मुख्यमंत्री होने, एक किवें बिठाने ये तीन एको कुर्सी च, माड़ा फिट तो करके विखाओ पहला, ट्रायल तो विखाओ पंजाब के लोगों नूं कि उत्ते केड़ा बैठू कुर्सी दे आ मोढ़ियां ते केड़ा बैठू थल्ले केड़ा आवाज दऊ, माड़ा सीन तो विखाओ लोगों नूं कि सिद्धू कुर्सी दे थल्ले बह के आवाज दऊ कि मोढ़ियां ते जाखड़ होऊ ते चन्नी कित्थे होऊ, ये आपदे नूं नहीं मन्नदे। तुसी एक गल वेखो, मैं लास्ट गल करके समाप्ति करदा, ये तीन महीने किन्ने माड़े सी, ये गल ठोकोताली आप दसदा, जे चंगे सी ते मन लवे चन्नी नूं मुख्यमंत्री, आप ही कांग्रेस नहीं मन रही, मेरे तो तक ही मतलब उन्हां नूं नो कॉन्फिडेंस मोशन ठोकोताली लिया ही बैठे उन्होंने। ओपिनियन पोल बहुत आते हैं, और कैसे आते हैं क्यों आते हैं आज मौका नहीं है इस पे टिप्पणी का। रंधावा साहब डेरा बाबा नानक दे विच पहुंच गए ने, उथे कैंपेन उन्होंने शुरू कर दी है भी मैं हूं डेरा बाबा नानक जो नहीं निकलना, नहीं नैत की नहीं निकलदा उथे ਕੈਦੀ ਨਹੀਂ ਨਿਕਲਦਾ। ਹਾਂਜੀ ਅਸ਼ਵਨੀ, ਸਿੱਧੂ ਸਾਹਿਬ ਨੇ ਅੱਜ ਕਿਹਾ ਹੈ ਇੱਕ ਪੰਜਾਬ ਮਾਡਲ ਲਾਂਚ ਕਰਿਆ ਉਹਨਾਂ ਨੇ, ਉਹਦੇ 'ਚ ਬੜੀਆਂ ਚੀਜ਼ਾਂ ਦੱਸੀਆਂ, ਉਹ ਕਹਿੰਦੇ ਆ ਕਿ ਮੈਂ ਇਹ ਮਾਡਲ ਲੈ ਕੇ ਜਾਵਾਂਗਾ ਹਾਈ ਕਮਾਨ ਦੇ ਕੋਲ, ਅਤੇ ਹਾਈ ਕਮਾਨ ਨੇ ਅਗਰ ਅਪਰੂਵ ਨਾ ਕੀਤਾ ਤਾਂ ਮੈਂ ਆਪਣਾ ਨਿਰਣੇ ਖੁਦ ਕਰਾਂਗਾ ਇਹਦੇ ਉੱਪਰ ਕੀ। ਔਰ ਅੱਜ ਜੋ ਪ੍ਰੈਸ ਕਾਨਫਰੰਸ ਕਰੀ ਸੀ ਉਸ ਕੇਸੀ ਮੈਂ ਐਡ ਆਨ ਹੈ, उन्होंने किसी पार्टी के नेता का और किसी मुख्यमंत्री का सरकार का नहीं लगाया, अपना ही वो पंजाब मॉडल। डू यू थिंक इट्स पंजाब मॉडल और इंडिपेंडेंट पार्टी बनाओगे तुसी ना, किसी ने वो बकरियां तो नहीं किसी ने रखियां जां चारियां, ये जेड़ा सिद्धू है ना एदा मॉडल है बकरी, मैं और कोई मॉडल नहीं एदा, ये ठोको ताली का फलॉप मॉडल है, कोई सिर नहीं कोई पैर नहीं किसी गल का, एक भी जी गल करता कदे वो रेवन्यू जनरेशन फिगर्स नूं तुसी ऐ करो, चलो मेरी गल छड्डो फिर मेरे ते तां कम होर आ जांदा, तुसी खजाना मंत्री इन्हां दे ने सा मनप्रीत सिंह बादल,
ਉਹੀ ਉਹਦੇ ਫਿਗਰਸ ਨੂੰ ਵੈਲੀਡੇਟ ਕਰ ਦੇਣ ਕਿਉਂਕਿ ਉਹ 8 ਸਾਲ ਖਜ਼ਾਨਾ ਮੰਤਰੀ ਰਹੇ ਆ ਕੀ ਇਹ ਸੰਭਵ ਹੈ ਅਤੇ ਮੈਨੂੰ ਜੋ ਤੁਸੀਂ ਕਹੋਗੇ ਮੈਂ ਉਹ ਕਰਨ ਨੂੰ ਤਿਆਰ ਹਾਂ ਉਹਦੀ ਗੱਲ ਜਦੋਂ ਕਰਦਾ ਹੈ ਨਾ ਤੁਸੀਂ ਕਦੇ ਚੰਨੀ ਦਾ ਮੂੰਹ ਵੇਖਿਆ ਉਹ ਆਪ ਉਹਦਾ ਮੂੰਹ ਇਸ ਤਰ੍ਹਾਂ ਬਣਿਆ ਹੁੰਦਾ ਕਿ ਇਤੋਂ ਗਾਂ ਇਹ ਫੇਲ ਗੱਲ ਕਰ ਸਕਦਾ ਇਹ ਮਤਲਬ ਲਿਟਰਲੀ ਮੈਨੂੰ ਕਹਿਣਾ ਨਹੀਂ ਚਾਹੀਦਾ ਉਹਦਾ ਮੂੰਹ ਇਸ ਤਰ੍ਹਾਂ ਬਣਿਆ ਹੁੰਦਾ ਇਹ ਤੋਂ ਗਾਂ ਡਫਰ ਕੋਈ ਹੋ ਸਕਦਾ ਜਾਂ ਇਹ ਤੋਂ ਵੱਧ ਮਤਲਬ ਸ਼ਕਲ ਦੱਸ ਰਿਹਾ ਮੈਂ ਮਤਲਬ ਇਹ ਨੋਨ ਇੰਟਰਸਟਿਡ ਚੀਫ ਮਿਨਿਸਟਰ ਅਤੇ ਜਦ ਚੀਫ ਮਿਨਿਸਟਰ ਕੱਲ੍ਹ ਬੋਲ ਰਿਹਾ ਸੀ ਤਾਂ ਤੁਸੀਂ ਸਿੱਧੂ ਦੀ ਬੋਡੀ ਲੈਂਗੁਏਜ ਵੇਖ ਲਿਆ ਕਰੋ ਇਸ ਲਈ ਇਹ ਫੈਸਲਾ ਉਹਨੇ ਨਹੀਂ ਕਰਨਾ ਲੱਗਦਾ ਕਾਂਗਰਸ ਨਹੀਂ ਕਰ ਲਿਆ ਇਹਨੇ ਬਣਾ ਦੇਣੀ ਹੁਣ ਠੋਕੋ ਤਾਲੀ ਐਂਡ ਪਾਰਟੀ ਜਾਣ ਦਿਓ ਯਾਰ ਹੁਣ ਤੁਸੀਂ ਇੱਕ ਕੱਲ ਦਾ ਦਿਨ ਵੀ ਚੜ੍ਹ ਲੈਣ ਦਿਓ ਆਪਾਂ ਤੁਸੀਂ ਕਿਹੜਾ ਦਰਸ਼ਨ ਭਾਲਦੇ ਸੀ ਤੁਸੀਂ ਇੱਕ ਅੱਧੇ ਨੇ ਤਾਂ ਜ਼ਰੂਰ ਦਿਨੋ ਅਰਦਾਸ ਬੇਨਤੀ ਕੀਤੀ ਆ ਮੇਰੇ ਘਰ ਤੱਕ ਵੀ ਪਹੁੰਚਿਓ ਮਤਲਬ ਅੱਜ ਕਰਦੇ ਨਹੀਂ ਨਹੀਂ ਵਾਹ ਵਾਹਵਾ ਨਹੀਂ ਕੀਤੀ ਆ ਸੱਚ ਸੋਰੀ ਆਈ ਟੇਕ ਮਾਈ ਵਰਡਸ ਬੈਕ ਇੱਕ ਅੱਧਾ ਹੈ ਜਿੱਥੇ ਰਹੇ ਨਜ਼ਾਰੇ 'ਚ ਰਹੇ ਰੱਬ ਦੇ ਮਤਲਬ ਇਹ ਤੋਂ ਗਾਂ ਦਾ ਨਜ਼ਾਰਾ ਨਹੀਂ ਸੀ ਮਤਲਬ ਜਿੰਨੇ ਰੱਬ ਦੇ ਨੇੜੇ ਮੈਨੂੰ ਕਰਤਾ ਨਾ ਇਹਨਾਂ ਬੰਦਿਆਂ ਨੇ ਮੈਂ ਦੱਸ ਨਹੀਂ ਸਕਦਾ ਗੁਰੂ ਸਾਹਿਬ ਦੀ ਐਡੀ ਕਿਰਪਾ ਬਖਸ਼ਿਸ਼ ਕਰਾ ਦਿੱਤੀ ਮੈਂ ਤਾਂ ਇਹਨਾਂ ਦਾ ਵੀ ਕੋਟਨ ਕੋਟ ਧੰਨਵਾਦ ਤੇ ਇੱਕ ਗੱਲ ਵਹਿਦਾ ਹੈ ਕਿ ਜੇ ਇਹ ਜੇ ਡੀ ਜੀ ਪੀ ਗਾਂ ਲੱਗ ਗਏ ਗਾਂ ਤੁਹਾਨੂੰ ਵੀ ਨਜ਼ਾਰਾ ਵਿਖਾਉ ਨਾਲ ਲੈ ਕੇ ਜਾਊ ਥੈਂਕ ਯੂ ਅੱਛਾ ਸੱਚ ਇੱਕ ਮੈਂ ਹੋਰ ਦੱਸ ਦਿਆਂ ਇਹ ਦੇਖੋ ਕੀ ਯਾਰ ਹੁਣ ਕੀ ਇਹਨਾਂ ਬੰਦਿਆਂ ਦੀ ਗੱਲ ਕਰਨੀ ਛੱਡੋ ਹੁਣ ਬੜੀ ਹੋ ਚੱਲ ਤੇਰੇ ਯਾਰ ਦੀ ਗੱਲ ਕਰਦਾ ਉਹਨੂੰ ਪਹਿਲੇ ਦਿਨ ਮੇਰੀ ਫੋਟੋ ਵਿਖਾਈ ਗਈ ਤੇ ਕਹਿੰਦਾ ਲੈ ਜੀ ਦਰਬਾਰ ਸਾਹਿਬ ਤਾਂ ਸਾਰੀ ਜਾ ਸਕਦੇ ਕਹਿੰਦਾ ਫਲਾਣੇ ਵੀ ਜਾਂਦੇ ਫਲਾਣੇ ਵੀ ਜਾਂਦੇ ਇਹਦੇ ਇਹੋ ਜਿਹੇ ਯਾਰ ਕੇ ਡਿਫਾਲਟਰ ਵੀ ਜਾਂਦੇ ਆ ਉੱਥੇ ਤੇ ਫਿਰ ਅਗਲੇ ਕਹਿੰਦਾ ਅਸੀਂ ਅੰਦਰੋਂ ਥੋੜ੍ਹੀ ਫੜ ਲੈਣਾ ਸੀ ਅਗਲੇ ਦਿਨ ਕਹਿੰਦਾ ਨਹੀਂ ਜੀ ਉਹ ਤਾਂ ਗਿਆ ਹੀ ਨਹੀਂ ਪੁਰਾਣੀ ਫੋਟੋ ਇਹਨੂੰ ਮੈਂ ਇਹ ਗੱਲ ਦੱਸ ਦਿਆਂ ਕਿ ਮੈਂ ਅੱਠੇ ਪਹਿਰੀ ਸੱਚੇ ਪਾਤਸ਼ਾਹ ਨੂੰ ਧਿਆਉਣ ਵਾਲਾ ਬੰਦਾ ਔਰ ਮੈਂ ਜਿੱਥੇ ਜਾ ਕੇ ਉੱਥੇ ਨਤਮਸਤਕ ਵੀ ਹੁੰਦਾ ਰਿਹਾ ਗਾਂ ਵੀ ਹੁੰਦਾ ਰਹੂੰਗਾ ਭਾਵੇਂ ਜਿਹੜੇ ਮਰਜ਼ੀ ਹਾਲਾਤਾਂ 'ਚ ਮੈਨੂੰ ਕਰ ਲੈਣ ਮੈਨੂੰ ਰੱਬ ਨਾਲ ਨਹੀਂ ਤੋੜ ਸਕਦਾ ਮੇਰੀ ਡੁਪਲੀਕੇਟ ਬਣਦੀ ਨੀ